ये साडा मालक सवेरे मंडी गया सी जी, मंडी तो नार ले आया सीगा, नारां दे उत्ते आ सी आगे देखिया, असीं अपने मालक नूं दस्सिया जे तां नोटां दी कटिंग करी हुई है जी 500 दी 100 दी। जदों नोट की कटिंग होंदी है जी, वो वाले जिहड़ा कागज सीगा वो उहदे विच फ्रूटां दे विच भरिया होया सी डब्बियां दे विच, वो असीं बतौर सैंपल लैके आएंगे चैक कीता हैगा, मतलब आम पेज तां उह लगदा नहीं हैगा कि उह लग रिहा है जिद्दां करंसी नोट ही हुंदा हैगा। बठिंडा तो बाद हुण संगरूर च फलां दी पैकिंग च मिले नोटां दे कट्टे हुए टुकड़े। संगरूर च फल विक्रेता दे फलां दे डब्बे च मिले 500 अते 100 दे नोटां दे टुकड़े। फल विक्रेता मंडी तो लेके आया सी फलां दे डब्बे। फल विक्रेता ने पुलिस कोल करवाई शिकायत दर्ज। पुलिस कर रही है मामले दी जांच। दो दिन पहला बठिंडा दी फ्रूट मंडी च फ्रूट बॉक्स दे विच 100 ते 500 दे नोटां दी साइड कटिंग सामने आई सी, ते हुण जेकर गल करिए तां संगरूर तो इह मामला सामने आया है जिथे कि 100 ते 500 दे नोटां दी साइड कटिंग फलां दे पैकिंग चो मिली है। 500 अते 100 दे नोटां दी साइड बॉर्डर दी कटिंग दे विच ही फलां नूं लपेटिया होया सी। फल विक्रेता ने पुलिस को शिकायत दर्ज करवाई अते पुलिस वल्लों इस पूरे मामले दी बारीकी नाल जांच कीती जा रही है। इस मामले संबंधी फल विक्रेता ने मीडिया नूं जानकारी दिंदे दस्सिया कि जदों ओह सवेरे फ्रूट मंडी दे विचों फलां दा डब्बा लैके आया सी, जिस नूं खोल के देखिया तां उस अंदर 100 अते 500 नोटां दे बॉर्डर दी साइड कटिंग दे विच फलां नूं लपेटिया होया सी, ते जदों ध्यान नाल देखिया गया तां ओह नोट नकली नहीं सगों असली सी। दीपक कुमार जी, अज जिहड़े फ्रूट दे डब्बे च नोटां दे टुकड़े निकले आ, तुहानूं कदों पता लग्गिया ते इह साडा मालक सवेरे मंडी गया सी जी, मंडी तो नार ले आया सीगा, नारां दे उत्ते आ सी आगे देखिया, असीं अपने मालक नूं दस्सिया जे तां नोटां दी कटिंग करी हुई है जी 500 दी 100 दी, फिर साडे मालक ने इनफॉर्म कीता तुहानूं, तुसीं आ गए, उस तों बाद इनफॉर्म करिया, पुलिस इत्थों अपनी कार्रवाई करके चलेगी। ਦੂਜੇ ਪਾਸੇ ਜਦੋਂ ਇਸ ਸੰਬੰਧੀ ਥਾਣਾ ਸਿਟੀ ਸੰਗਰੂਰ ਦੇ SHO ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਾਨੂੰ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਫਲ ਵਿਕਰੇਤਾ ਦੇ ਫਰੂਟ ਡੱਬੇ 'ਚ 100 ਅਤੇ 500 ਦੇ ਨੋਟ ਕੱਟੇ ਹੋਏ ਮਿਲੇ ਨੇ। ਨੇੜਿਓਂ ਦੇਖਣ 'ਤੇ ਪਤਾ ਚੱਲਿਆ ਕਿ ਇਹ ਨੋਟ ਅਸਲੀ ਨੇ। ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਹਨਾਂ ਨੋਟਾਂ ਦੇ ਸਾਈਡ ਬਾਰਡਰ ਦੀ ਕਟਿੰਗ ਕਰਕੇ ਫਲਾਂ ਨੂੰ ਉਹਨਾਂ ਦੇ ਵਿੱਚ ਲਪੇਟਿਆ ਹੋਇਆ, ਅਤੇ ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਹਿ ਸਕਦੇ ਹਾਂ ਕਿ ਨੋਟਾਂ ਦੇ ਜਿਹੜੇ ਨਿਚਲਾ ਸਾਈਡ ਪੇਜ ਹੁੰਦਾ ਉਹ ਨੋਟਾਂ ਦੇ ਡੱਬੇ 'ਚੋਂ ਨਿਕਲ ਗਿਆ, ਉਹਦੇ ਸੰਬੰਧ 'ਚ ਤੁਹਾਡੇ ਕੋਲ ਰਿਪੋਰਟ ਆਈ ਹੈ, ਕੀ ਇਨਕੁਆਇਰੀ ਹੋਈ ਹੈ? ਇਹ ਸਾਨੂੰ ਹੁਣੇ 15 ਕੁ ਮਿੰਟ ਪਹਿਲਾਂ ਹੀ ਪਤਾ ਲੱਗਿਆ ਸੀਗਾ, ਅਤੇ ਇੱਥੇ ਕੋਈ ਭਗਤ ਸਿੰਘ ਚੌਂਕ ਦੇ ਵਿੱਚ ਕੋਈ ਫਰੂਟਾਂ ਵਾਲਾ ਸੀ ਰੇਹੜੀ 'ਤੇ, ਉਹਦੇ ਜਦੋਂ ਫਰੂਟ ਸੇਬ ਖੋਲ੍ਹਿਆ ਉਹਨੇ ਤਾਂ ਉਹਦੇ ਵਿੱਚ ਜਿਹੜੀ ਇਹ ਕਰੰਸੀ ਨੋਟ ਹੁੰਦੇ ਨੇ ਆਪਣੇ 100 ਦੇ ਅਤੇ 500 ਦੇ, ਉਹਦੇ ਜਿਹੜੇ ਆਊਟਰ ਲਾਈਨਿੰਗ ਆਊਟਰ ਬਾਉਂਡਰੀ 'ਤੇ ਜਿਹੜੀ ਸਟ੍ਰਿਪ ਹੈਗੀ ਜਦੋਂ ਨੋਟ ਦੀ ਕਟਿੰਗ ਹੁੰਦੀ ਹੈਗੀ, ਉਹ ਵਾਲੇ ਜਿਹੜਾ ਕਾਗਜ਼ ਸੀਗਾ ਉਹ ਉਹਦੇ ਵਿੱਚ ਫਰੂਟਾਂ ਦੇ ਵਿੱਚ ਭਰਿਆ ਹੋਇਆ ਸੀ ਡੱਬਿਆਂ ਦੇ ਵਿੱਚ, ਤਾਂ ਜਦੋਂ ਅਸੀਂ ਗਏ ਉੱਥੇ ਉੱਥੋਂ ਲੈ ਕੇ ਵੀ ਆਏਗੇ ਉਹ, ਤਾਂ ਉਹ ਅਸੀਂ ਬਤੌਰ ਸੈਂਪਲ ਲੈ ਕੇ ਆਏਗੇ ਚੈੱਕ ਕੀਤਾ ਹੈਗਾ, ਮਤਲਬ ਆਮ ਪੇਜ ਤਾਂ ਉਹ ਲੱਗਦਾ ਨਹੀਂ ਹੈਗਾ ਕਿ ਉਹ ਲੱਗ ਰਿਹਾ ਹੈ ਜਿੱਦਾਂ ਕਰੰਸੀ ਨੋਟ ਹੀ ਹੁੰਦਾ ਹੈਗਾ, ਤਾਂ ਉਸ ਤੋਂ ਬਾਅਦ ਅਸੀਂ ਫਿਰ ਪਤਾ ਕੀਤਾ ਵੀ ਉਹਨੇ ਫਰੂਟ ਉਹ ਕਿੱਥੋਂ ਲਿਆ ਹੈਗਾ, ਉਹ ਜਿਹੜਾ ਹੈਗਾ ਇੱਥੇ ਸਬਜ਼ੀ ਮੰਡੀ ਦੇ ਵਿੱਚ ਉਹ ਬੰਦੇ ਨੂੰ ਸੰਪਰਕ ਕੀਤਾ, ਉਹਨੇ ਗਾਹਾਂ ਟਰਾਂਸਪੋਰਟਰ ਨਾਲ ਗੱਲ ਕਰਾਈ ਹੈ, ਟਰਾਂਸਪੋਰਟਰ ਕਹਿੰਦਾ ਵੀ ਮੈਂ ਮਨਾਲੀ ਤੋਂ ਲੈ ਕੇ ਆਇਆ, ਮਨਾਲੀ ਵਾਲੇ ਨਾਲ ਗੱਲ ਕਰੀ ਹੈ ਉਹ ਕਹਿੰਦਾ ਮੈਂ ਪਟਿਆਲੇ ਤੋਂ ਲੈ ਕੇ ਆਇਆ, ਹਜੇ ਸਾਡੀ ਇਨਕੁਆਇਰੀ ਚੱਲ ਰਹੀ ਹੈਗੀ, ਅਤੇ ਜੈਸੇ ਜਿਵੇਂ ਪਤਾ ਚੱਲੂਗਾ ਅੱਗੇ ਵੀ ਇਹ ਕਿੱਥੋਂ ਆਏਗਾ ਅਸੀਂ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ। ਕੁਛ ਇਸ ਤਰ੍ਹਾਂ ਦਾ ਹੀ ਕੇਸ ਕੱਲ੍ਹ ਅਤੇ ਪਰਸੋਂ ਬਠਿੰਡੇ ਸਾਈਡ ਵੀ ਹੋਇਆ ਜੀ, ਉਹ ਤੋਂ ਕੁਛ ਕਲੂ ਮਿਲੇ? ਇਹ ਹੋ ਸਕਦਾ ਹੈਗਾ ਕਿਤੇ ਇੱਕੋ ਹੀ ਥਾਵੋਂ, ਮਤਲਬ ਇਹ ਸਾਰਿਆਂ ਨੂੰ ਡਿਸਟ੍ਰੀਬਿਊਟ ਹੋਇਆ ਹੋਵੇ, ਮਤਲਬ ਇਹ ਜਿਹੜਾ ਹੈਗਾ ਪੇਪਰ। ਹਾਂਜੀ, A1 ਮੀਡੀਆ ਲਈ ਸੰਗਰੂਰ ਤੋਂ ਜਗਤਾਰ ਬਾਵਾ ਦੀ ਖਾਸ ਰਿਪੋਰਟ।